ਚਲੋ ਸਰ, ਜਦੋਂ ਮੈਂ ਟੀਚਰ ਸੀਗਾ ਮੈਨੂੰ ਤੁਹਾਡਾ ਇੱਕ ਡਾਇਲੋਗ ਬਹੁਤ ਵਧੀਆ ਲੱਗਾ ਸੀਗਾ ਜੀ, ਜਦੋਂ ਜਾਣੀ ਕਿ ਫਾਲਸੋ ਸਵਾਲ ਕੋਈ ਵੀ ਆਉਂਦੇ ਸੀ ਨਾ ਮੇਰੇ, ਜਾਣੀ ਕਿ ਮੂੰਹ ਦੇ ਉੱਤੇ ਪੰਜਾਬੀ ਚ ਇਹ ਹੁੰਦਾ ਸੀਗਾ, ਕਾਟਾ ਕਾਟਾ ਕਰ ਦਿਓ। ਐਪਰੀਸ਼ੀਏਟ ਵਿੱਚ ਕੁਛ ਹਾਂ ਸ਼ਰਾਰਤੀ ਪ੍ਰੋਬਲਮ, ਫਿਰ ਮੈਂ ਬੋਲ ਦੇਣਾ, ਚਲੋ ਕੋਈ ਨਹੀਂ। ਮੈਨੂੰ ਇਹ ਦੱਸੋ ਅਵਤਾਰ ਭਾਈ, ਤੁਸਾਂ ਮਤਲਬ ਪੜ੍ਹਾਈ ਦਾ ਇਹ ਟਾਈਮ ਲਾਇਆ, ਤਕਰੀਬਨ ਤੁਹਾਡਾ ਪੜ੍ਹਾਈ ਦਾ ਜ਼ਮਾਨਾ ਕਿਤਨਾ ਹੋ ਗਿਆ? 3 ਮਹੀਨੇ ਲੱਗੇ ਨੇ ਤੁਹਾਨੂੰ ਜਿਹਦੇ ਚ ਤੁਸੀਂ ਕਹਿ ਸਕਦੇ ਪਰ ਹਾਂ, 4 ਮਹੀਨੇ ਮੈਂ ਮੰਨ ਸਕਦਾ, ਕਿਉਂਕਿ ਫਿਰ ਮੈਂ ਵਿੱਚ ਪੜ੍ਹਾਈ ਛੱਡੀ ਨਹੀਂ, ਜਿੱਦਾਂ 2 ਮਹੀਨੇ ਦੇ ਵਿੱਚ ਤਾਂ ਓਕੇ ਹੋ ਜਾਂਦਾ ਆ, ਪਰ ਫਿਰ ਜਿੱਦਾਂ ਮੇਰਾ ਟੈਸਟ ਲੇਟ ਕਰਕੇ ਫਿਰ ਸਰ ਮੈਨੂੰ ਪੜ੍ਹਨਾ ਹੀ ਪਿਆ ਲਗਾਤਾਰ ਜੀ, 4 ਮਹੀਨੇ ਤੱਕ ਜਿੱਦਾਂ ਲਗਾਤਾਰ ਪੜ੍ਹਨਾ ਪਿਆ, ਤੇ ਕਲਾਸ ਵਿੱਚ ਕੋਈ ਮਿਸ ਕਰ ਦਿੰਦਾ ਸੀਗਾ ਜਿਹੜਾ ਚੈਪਟਰ, ਮਤਲਬ ਮੈਂ ਦੂਜੀ ਵਾਰੀ ਕਿਤਾਬ ਸ਼ੁਰੂ ਕਰ ਲਈ ਸੀਗੀ ਤੇ ਜਿਹੜਾ ਚੈਪਟਰ ਮੈਨੂੰ ਆਉਂਦਾ ਸੀਗਾ ਮੈਂ ਕੋਈ 1 ਜਾਂ 2 ਕਲਾਸ ਮਿਸ ਕਰ ਲੈਂਦਾ ਸੀਗਾ, ਪਰ ਮੈਂ ਕਲਾਸ ਨਹੀਂ ਮਿਸ ਕੀਤੀ, ਕੋਈ ਵੀ ਕਲਾਸ ਰੈਗੂਲਰ ਲਾਉਂਦਾ ਰਿਹਾ ਜੀ, ਮੈਂ 3:30 ਵਜੇ ਵਾਲੀ ਵੀ ਤੇ 7:30 ਵਾਲੀ ਵੀ ਜੀ। ਦੋ ਕਲਾਸਾਂ ਲਾਉਂਦੇ ਸੀ? ਗੁੱਡ ਹਾਂਜੀ, ਗੁੱਡ। 2 ਕਲਾਸਾਂ ਮੈਂ ਪੱਕੀਆਂ ਲਾਉਂਦਾ ਹੁੰਦਾ ਸੀਗਾ ਜੀ।